ਜਲਾਲਾਬਾਦ ਦੀ ਧੀ ਨੇ ਪਲੱਸ ਟੂ ਦੇ ਕਮਰਸ ਵਿੱਚੋਂ ਕੀਤਾ ਟੌਪ, ਸ਼ਹਿਰ ਪਹੁੰਚਣ ਤੇ ਹੋਇਆ ਭਰਵਾਂ ਸਵਾਗਤ। ਜਾਣਕਾਰੀ ਮੁਤਾਬਕ ਸਿਮਰਨਪ੍ਰੀਤ ਕੌਰ ਦੇ ਵੱਲੋਂ ਪਲੱਸ ਟੂ ਜਮਾਤ ਦੇ ਵਿੱਚ ਕਮਰਸ ਵਿੱਚ ਜਲਾਲਾਬਾਦ ਸ਼ਹਿਰ ਵਿੱਚੋਂ ਟੌਪ ਕੀਤਾ ਗਿਆ, ਜੋ ਕਿ ਐਕਮੇ ਪਬਲਿਕ ਸਕੂਲ ਦੀ ਵਿਦਿਆਰਥਣ ਹੈ। ਦੱਸ ਦਈਏ ਕਿ ਸਿਮਰਨਪ੍ਰੀਤ ਕੌਰ ਦਾ ਅੱਜ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮਾਪੇ ਅਤੇ ਸਕੂਲ ਮੈਨੇਜਮੈਂਟ ਦੇ ਵਿੱਚ ਖੁਸ਼ੀ ਦਿਖਾਈ ਦਿੱਤੀ ਹੈ। ਦੱਸ ਦਈਏ ਕਿ ਸਿਮਰਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸਦੇ ਵੱਲੋਂ ਅਣਥੱਕ ਮਿਹਨਤ ਕੀਤੀ ਗਈ, ਜਿਸ ਦਾ ਨਤੀਜਾ ਅੱਜ ਉਸ ਨੂੰ ਮਿਲਿਆ। ਉਸਦਾ ਕਹਿਣਾ ਹੈ ਕਿ ਭਵਿੱਖ ਦੇ ਵਿੱਚ ਉਹ ਇਸ ਤੋਂ ਵੀ ਜ਼ਿਆਦਾ ਮਿਹਨਤ ਕਰੇਗੀ ਅਤੇ ਉਸਦਾ ਸੁਪਨਾ CA ਬਣਨ ਦਾ ਹੈ। ਦੱਸ ਦਈਏ ਕਿ ਕਮਰਸ ਦੇ ਵਿੱਚੋਂ ਟੌਪ ਕਰਨ 'ਤੇ ਸਿਮਰਨਪ੍ਰੀਤ ਕੌਰ ਨੇ ਸਕੂਲ, ਸਕੂਲ ਮੈਨੇਜਮੈਂਟ, ਮਾਪੇ ਅਤੇ ਸ਼ਹਿਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ। ਟੌਪ ਕਰਨ 'ਤੇ ਸਿਮਰਨਪ੍ਰੀਤ ਕੌਰ ਅਤੇ ਉਸਦੇ ਮਾਪਿਆਂ ਦਾ ਕੀ ਕਹਿਣਾ, ਆਓ ਸੁਣਦੇ ਹਾਂ। ਮੈਂ ਬਹੁਤ ਖੁਸ਼ ਹੈ ਕਿ ਮੇਰੇ ਬੱਚੇ ਨੇ ਟੌਪ ਕੀਤਾ। ਇਹ ਇਸਦਾ ਵੀ ਇਹ ਹੈ ਕਿ ਇੱਕ ਪੜ੍ਹਨ 'ਚ ਵੀ ਬਹੁਤ ਸ਼ੁਰੂ ਤੋਂ ਇੰਟੈਲੀਜੈਂਟ ਸੀਗੀ, ਅਤੇ ਕੁਛ ਇਹਨੂੰ ਮੇਰੇ ਨਾਲੋਂ ਜ਼ਿਆਦਾ ਟੀਚਰ, ਪ੍ਰਿੰਸੀਪਲ ਮੈਡਮ ਬਹੁਤ ਜ਼ਿਆਦਾ ਹੀ ਇਹਨੂੰ ਗਾਈਡ ਕੀਤਾ ਹੈ ਉਹਨਾਂ ਨੇ। ਮੈਂ ਉਹਨਾਂ ਨੂੰ ਵਾਰ-ਵਾਰ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਕਿ ਅੱਜ ਮੇਰੀ ਬੱਚੀ ਮੇਰੇ ਕਾਰਨ ਨਹੀਂ, ਕੁਛ ਆਪਣੀ ਪੜ੍ਹਾਈ ਕਾਰਨ ਸਟਾਫ ਮੈਂਬਰ ਸਭ ਉਹਦਾ ਪੂਰੀ ਤਰ੍ਹਾਂ ਸਾਥ ਦਿੰਦੇ ਰਹੇ। ਮੇਰੀ ਬੇਟੀ ਸਿਮਰਨਪ੍ਰੀਤ ਕੌਰ ਜੋ ਕਿ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਹੈ, ਅਤੇ ਸ਼ੁਰੂ ਤੋਂ ਹੀ ਮਤਲਬ ਪ੍ਰੀ ਨਰਸਰੀ ਤੋਂ ਹੀ ਸਟਾਰਟਿੰਗ ਤੋਂ ਹੀ ਉਸ ਸਕੂਲ ਵਿੱਚ ਪੜ੍ਹ ਰਹੀ ਹੈ। ਸਕੂਲ ਦੀ ਪੜ੍ਹਾਈ ਬਹੁਤ ਅੱਛੀ ਹੈ, ਟੀਚਰ ਸਟਾਫ ਸਭ ਨੇ ਮਿਹਨਤ ਕੀਤੀ ਹੈ, ਬੱਚੀ ਨੇ ਮਿਹਨਤ ਕੀਤੀ ਹੈ ਅਤੇ ਪਲੱਸ ਟੂ ਵਿੱਚ ਟੌਪ ਕੀਤਾ ਬੱਚੀ ਨੇ। ਹਾਂਜੀ, ਜਲਾਲਾਬਾਦ ਤੋਂ ਟੌਪ ਕੀਤਾ ਹੈ। ਬਸ ਇਹੋ ਹੀ ਹੈ, ਬੱਚੇ ਪੜ੍ਹ ਲਿਖ ਕੇ ਮਿਹਨਤ ਕਰਨ, ਅੱਗੇ ਆਉਣ, ਪੜ੍ਹਾਈ 'ਚ ਅੱਛੇ ਨੰਬਰ ਲੈ ਕੇ, ਅੱਛੇ ਮਤਲਬ ਮਾਰਕਸ ਲੈ ਕੇ ਪਾਸ ਹੋਣ। ਬੱਚਿਆਂ ਦਾ ਇਹੋ ਹੀ ਫਰਜ਼ ਹੈ ਕਿ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਕਰ, ਆਪਣੇ ਸਕੂਲ ਦਾ ਨਾਮ ਉੱਚਾ ਕਰਨ। ਪੇਰੈਂਟਸ, ਟੀਚਰਸ ਸਭ ਜੋ ਵੀ ਮਤਲਬ ਬੱਚੇ ਦੀ ਗਾਈਡਲਾਈਨਸ ਕਰਦੇ ਨੇ, ਸਭ ਦਾ ਮਤਲਬ ਧੰਨਵਾਦ ਹੈ। ਅਤੇ ਬੱਚਿਆਂ ਨੂੰ ਚਾਹੀਦਾ ਵੀ ਅੱਗੇ ਆ ਕੇ ਅਤੇ ਪੜ੍ਹਾਈ ਦੇ ਵਿੱਚ ਅੱਛੇ ਮਾਰਕਸ ਲੈ ਕੇ ਪਾਸ ਹੋਣ, ਤਾਂ ਕਿ ਮਾਪਿਆਂ ਦਾ ਨਾਂ ਰੋਸ਼ਨ ਹੋਵੇ, ਸਕੂਲ ਦਾ ਨਾਮ ਰੋਸ਼ਨ ਹੋਵੇ, ਸਕੂਲ ਦੇ ਸਟਾਫ, ਪ੍ਰਿੰਸੀਪਲ ਉਹਨਾਂ ਦਾ ਨਾਮ ਉੱਚਾ ਹੋਵੇ ਜੀ। ਐਕਚੁਅਲੀ ਮੈਂ 12th, ਮੇਰੇ ਅੱਛੇ ਮਾਰਕਸ ਆਏ ਆ 94%, ਔਰ ਮੇਰੇ ਪੇਰੈਂਟਸ ਔਰ ਮੇਰੇ ਟੀਚਰਸ, ਮੇਰੀ ਸਾਰੀ ਫੈਮਿਲੀ ਨੇ ਮੈਨੂੰ ਕੰਗ੍ਰੈਚੁਲੇਟ ਕੀਤਾ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ। ਅੱਗੇ ਮੈਂ CA ਕਰਨ ਦੀ ਸੋਚ ਰਹੀ ਹਾਂ, ਐਂਡ ਆਈ ਵਿਲ ਡੈਫੀਨੇਟਲੀ ਬੀ ਸਕਸੈਸ ਇਨ ਦੈਟ। ¶¶